ਕੀ ਹੋਣਾ ਜੋਰ ਚ ਨਹੀਂ ਨਹੀਂ ਤੁਹਾਡੇ ਕੋਲ ਸਿੱਧੇ ਨਹੀਂ ਦਿੱਤੇ ਨਾ ਗੱਲ ਸੁਣੋ ਉਹ ਬਾ ਬਾ ਡਰਾਈਵਰ ਜੀ ਅੱਜੇ ਜਾਂਦੇ ਤੁਨੇ ਰੋ ਜੀ ਸਰ ਅੱਜ ਜਿਹੜੀ ਆ ਇੱਥੇ ਇੱਕ ਐਕਸੀਡੈਂਟ ਹੋਇਆ ਹੈ ਸਕੂਲ ਬੱਸ ਦਾ ਤੇ ਮੋਟਰਸਾਈਕਲ ਦਾ ਜਿਹਦੇ ਵਿੱਚ ਇੱਕ ਬੱਚੇ ਦੀ ਡੈਥ ਵੀ ਹੋ ਗਈ ਕੀ ਕਹਿਣਾ ਚਾਹੋਗੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸਵੇਰੇ ਵੀ ਸਕੂਲ ਦੇ ਬੱਚੇ ਆ ਗੁਰਸਾਜਨ ਸਿੰਘ ਸਾਨੋ ਰਣਜੀਤ ਸਿੰਘ ਡੱਲ ਅਤੇ ਸੁਖਮਨ ਸਿੰਘ ਸਾਨੋ ਨਰਵੈਲ ਸਿੰਘ ਅਤੇ ਅਰਸ਼ਦੀਪ ਸਿੰਘ ਸਾਨੋ ਨਰਵੈਲ ਸਿੰਘ ਜੋ ਦਸਵੀਂ ਅੱਠਵੀਂ ਅਤੇ ਛੇਵੀਂ ਕਲਾਸ ਦੇ ਵਿਦਿਆਰਥੀ ਨੇ ਜੀ ਗੁਰਸਾਜਨ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਸਕੂਲ ਜਾ ਰਹੇ ਕਲਗੀਧਰ ਸਕੂਲ 'ਚ ਪੜ੍ਹਦੇ ਪਿੱਛੇ ਪਿੰਡ ਜੀ ਇਹ ਸਕੂਲ ਦੀ ਬੱਸ ਇੱਧਰੋਂ ਕੋਈ ਸਾਹਮਣੇ ਆ ਰਹੀ ਸੀ ਮਾੜੀ ਮੇਘੇ ਵੱਲੋਂ ਡਿਲੀਵਰੀ ਨੂੰ ਜਾ ਰਹੀ ਸੀ ਡਰਾਈਵਰ ਨੇ ਰੋਂਗ ਸਾਈਡ ਮੋਟਰਸਾਈਕਲ ਨਾਲ ਟੱਕਰ ਮਾਰਤੀ ਹੈ ਜਿਸ ਦੌਰਾਨ ਗੁਰਸਾਜਨ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਹੈ ਦੋਵੇਂ ਬੱਚੇ ਜਿਹੜੇ ਦੂਜੇ ਆ ਸੁਖਮਨ ਅਤੇ ਅਰਸ਼ ਇਹ ਭਿੱਖੀ ਪਿੰਡ ਹੋਸਪਿਟਲ 'ਚ ਦਾਖਲ ਨੇ ਜੇਰੇ ਇਲਾਜ ਹੈ ਜੀ ਜੋ ਬੰਦੀ ਕਾਰਵਾਈ ਕਰ ਰਹੇ ਅਤੇ ਇਹਦੇ ਵਿੱਚ ਸਰ ਸਕੂਲ ਦੇ ਬੱਸ ਦਾ ਪਤਾ ਲੱਗਾ ਕਿਹੜੇ ਸਕੂਲ ਦੀ ਬੱਸ ਹੈ ਇਹ ਜੀ ਹੈਗੀ ਆਪਣੇ ਕੈਂਬਰੇਜ ਸਕੂਲ ਆ ਆਪਣੇ ਭਿੱਖੀ ਪਿੰਡ ਦੀ ਉੱਥੋਂ ਦੀ ਬੱਸ ਆ ਅਤੇ ਜਿਹੜੀ ਵੱਖ ਵੱਖ ਪਿੰਡਾਂ ਤੋਂ ਬੱਚੇ ਲੈ ਕੇ ਅਤੇ ਜਾਂਦੀ ਸਕੂਲ 'ਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੀਤ ਜੀ ਇੱਕ ਅੱਜ ਜਿਹੜਾ ਐਕਸੀਡੈਂਟ ਹੋਇਆ ਵਾ ਤਿੰਨ ਬੱਚਿਆਂ ਦਾ ਡੱਲ ਪਿੰਡ ਦੇ ਕੀ ਕਹਿਣਾ ਚਾਹੁੰਦੇ ਇਹ ਬਹੁਤ ਦੁੱਖਦਾਇਕ ਘਟਨਾ ਹੋਈ ਆ ਇਕੱਲਾ ਸਾਡਾ ਬੱਚਾ ਸੀਗਾ ਗੱਡੀ ਜਿਹੜੀ ਉੱਧਰੋਂ ਮਾੜੀ ਮੇਘੇ ਲੋਂ ਆਏ ਨੂੰ ਆਉਣ ਡਈ ਸੀ ਕੈਂਬਰੇ ਸਕੂਲ ਦੀ ਗੱਡੀ ਦੱਸੀ ਜਾ ਰਹੀ ਆ ਉਹਨੇ ਡਰਾਈਵਰ ਨੇ ਜਿਹੜਾ ਦੂਜੇ ਹੱਥ ਰੋਂਗ ਸਾਈਡ ਜਾ ਕੇ ਸਾਡੇ ਬੱਚੇ ਜਾ ਰਹੇ ਸੀਗੇ ਮੋਟਰਸਾਈਕਲ ਦੇ ਉੱਤੇ ਕਲਗੀਧਰ ਸਕੂਲ ਦੇ ਵਿੱਚ ਪੜ੍ਹਦੇ ਸੀ ਸਾਡਾ ਬੱਚਾ ਗੁਰਸਾਜਨ ਸਿੰਘ ਜਿਹੜੀ ਉਹਦੀ ਮੌਕੇ 'ਤੇ ਮੌਤ ਹੋ ਗਈ ਆ ਅਤੇ ਡਰਾਈਵਰ ਨੇ ਮੌਕੇ 'ਤੇ ਚੁੱਕਿਆ ਵੀ ਨਹੀਂ ਗਾ ਲਾਗੇ ਰੌਲਾ ਪਾਉਂਦੇ ਰਹੇ ਨੇ ਬੱਚੇ ਵੀ ਇਹਦੀ ਇਹ ਜ਼ਿਆਦਾ ਹਾਲਤ ਖਰਾਬ ਆ ਇਹਨੂੰ ਖੂਨ ਹੀ ਲਾ ਦੇ ਮਗਰ ਉਹ ਸਾਡੇ ਮੁੰਡੇ ਮਗਰ ਪਿੱਛੇ ਜਾ ਰਹੇ ਉਹਨਾਂ ਜਾ ਕੇ ਅਤੇ ਵੇਖਿਆ ਬੰਦਿਆਂ ਨੇ ਮੌਕੇ 'ਤੇ ਉਹਦਾ ਫਾਦਰ ਸਾਹਿਬ ਵੀ ਪਹੁੰਚ ਗਿਆ ਵਾ ਅਤੇ ਡਰਾਈਵਰ ਕਿੱਥੋਂ ਦਾ ਬੰਦਾ ਡਰਾਈਵਰ ਕੋਈ ਪੀਰਮਾ ਦਾ ਦੱਸਿਆ ਜਾ ਰਿਹਾ ਵਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਬਾਕੀ ਇਹ ਹਾਲਤ ਕਰੀ ਕਲੀਅਰ ਨਹੀਂ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਜਿਹੜੀ ਆ ਉਹ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਦੂਜੀ ਇਹ ਵੀ ਗੱਲ ਹੈ ਜਿਹੜੀ ਸੜਕ ਮਹਿਕਮਾ ਵਾ ਇਹਦੀ ਨਕੇਲੀ ਦੇ ਲਾਪਰਵਾਹੀ ਕਾਰਨ ਵੀ ਇਹ ਜਿਹੜੇ ਐਕਸੀਡੈਂਟ ਪਹਿਲਾਂ ਵੀ ਜਿਹੜੇ ਹੋਏ ਨੇ ਅਤੇ ਇਹ ਉਹਨਾਂ ਦਾ ਵੀ ਵਿੱਚ ਰੋਲ ਬਣਦਾ ਵਾ ਮਹਿਕਮੇ ਦਾ ਵੀ ਜਿਹੜਾ ਵਾ PWD 'ਤੇ ਵੀ ਨਾਲ ਇਹਦੇ 'ਤੇ ਪਰਚਾ ਹੋਣਾ ਚਾਹੀਦਾ ਵਾ ਜਿਹੜੇ ਖੱਡੇ ਸੜਕ ਦੇ ਵਿੱਚ ਪਏ ਹੋਏ ਨੇ ਉਹਦੇ ਨਾਲ ਵੀ ਨੁਕਸਾਨ ਜਿਹੜੇ ਹੋ ਰਹੇ ਨੇ ਬਾਕੀ ਇਹ ਜਿਹੜੀ ਆ ਇਹ ਬਹੁਤ ਹੀ ਦੁੱਖਦਾਇਕ ਘਟਨਾ ਹੋਈ ਆ ਇਕੱਲਾ ਸਾਡਾ ਬੱਚਾ ਸੀਗਾ ਦਸਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਅਤੇ ਰੋਂਗ ਸਾਈਡ ਜਾ ਕੇ ਡਰਾਈਵਰ ਨੇ ਜਿਹੜਾ ਵਾ ਉਹ ਗੱਡੀ ਵਿੱਚ ਮਾਰੀ ਮੌਕੇ 'ਤੇ ਸਾਡੇ ਬੱਚੇ ਦੀ ਮੌਤ ਹੋ ਗਈ ਦੂਜੇ ਦੋ ਬੱਚੇ ਜਿਹੜੇ ਉਹ ਵੀ ਸੀਰੀਅਸ ਨੇ ਹਸਪਤਾਲ ਦਾਖਲ ਠੀਕ ਹੈ